ਅੱਜ ਦੀ ਵੀਡੀਓ ਬੇਹੱਦ ਖਾਸ ਆ ਘੋੜਜਾਂ ਵਾਲੇ ਸੱਜਣਾ ਲਈ ਸੱਜਣੋ ਅੱਜ ਤੁਹਾਨੂੰ ਆਪਾਂ ਘੋੜੀਆਂ ਦੇ ਤਲਿਹਾਰੇ ਬਣਾਉਣੇ ਸਿਖਾਉਣੇ ਆ ਤੇ ਬਿਲਕੁਲ ਸੌਖਾ ਤਰੀਕਾ ਬਸ ਸਮਝਣ ਦੀ ਲੋੜ ਆ ਤੇ ਵੀਡੀਓ ਸ਼ੇਅਰ ਕਰ ਦਿਓ ਭਰਾ ਬਣ ਕੇ ਸਾਰੇ ਸਤਿ ਸ਼੍ਰੀ ਅਕਾਲ ਜੀ ਅੱਜ ਨਾਲ ਆਪਾਂ ਘੋੜੀਆਂ ਵਾਲੇ ਵੀਰਾਂ ਵਾਸਤੇ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਕਿ ਆਪਣੇ ਨਾਲ ਆ ਬਾਈ ਸੀਪਾ ਪਿੰਡ ਜੈਤੋ ਤੋਂ ਤੇ ਆਪਾਂ ਤਲਿਹਾਰਾ ਬਣਾਉਣਾ ਸਿਖਾਉਣੇ ਆ ਤੁਹਾਨੂੰ ਤੇ ਬਾਈ ਆਪਾਂ ਨੂੰ ਸਾਰੀ ਜਾਣਕਾਰੀ ਦਿਓਗਾ ਬਾਈ ਸਸੇ ਕਾਲ ਸਸੇ ਕਾਲ ਬਾਈ ਜੀ ਬਾਈ ਦਿਓ ਫਿਰ ਜਾਣਕਾਰੀ ਵੀ ਕਿੰਨੀ ਆਪਾਂ ਨੂੰ ਇਹ ਬਈ ਜੀ ਨੇ ਆਪਣੀ ਬਰੀਕ ਰੱਸੀ ਆ ਜੀ ਤੇ ਇੱਕਦਮ ਮਤਲਬ ਆਪਾਂ ਮੋਟੀ ਰੱਸੀ ਜਨੈਰੀ ਬਣ ਜਾਂਦੀ ਆ ਤੇ ਇਹ ਬਰੀਕ ਰੱਸੀ ਦਾ ਮਤਲਬ ਮੂੜਾ ਬਣ ਜਾਂਦਾ ਹੁੰਦਾ ਆ ਆਪਾਂ 2.5 ਮੀਟਰ ਰੱਸੀ ਲਈਏ ਇਹ ਠੀਕ ਆ ਬਾਈ ਹਾਂਜੀ ਤੇ ਇਹ ਰੱਸੀ ਨੂੰ ਪਹਿਲਾਂ ਤਾਂ ਆਪਾਂ ਇੱਥੋਂ ਚੱਕਣਾ ਜੀ ਠੀਕ ਆ ਬਾਈ ਇਹ ਇੰਨੀ ਮੋੜ ਲੈਣੀ ਆ ਜੀ ਜੀ ਠੀਕ ਆ ਜੀ ਆਪਾਂ ਪਸ਼ੂ ਦੇ ਮੂਹ ਦੇ ਹਿਸਾਬ ਨਾਲ ਮੋੜਨੀ ਆ ਰੱਸੀ ਇਹ ਕਿੰਨਾ ਮਤਲਬ ਇੰਨੀ ਮੋੜ ਕੇ ਜੀ ਆਹ ਜਿਹੜੇ ਲਾੜਾ ਦੋ ਛੱਡ ਮੈਂ ਇਹਨੂੰ ਇੱਥੋਂ ਜਾਏ ਉੱਪਰ ਦੀ ਤੇ ਜਿਹੜਾ ਆ ਮਤਲਬ ਛੋਟੀ ਕੁੰਡੀ ਛੱਡੀ ਆ ਇਹ ਆਪਾਂ ਇੱਥੋਂ ਦੀ ਕੱਢ ਦੇਣੀ ਆ ਹਾਂਜੀ ਤੇ ਇਹ ਹੁਣ ਇੱਥੋਂ ਐਦਾਂ ਬਣਾ ਕੇ ਜੀ ਤੋ ਲਿਆਰਾ ਜੀ ਇਹ ਜਿਹੜੀ ਆ ਰੱਸੀ ਆ ਜੀ ਇੱਥੋਂ ਠੀਕ ਆ ਬਾਈ ਤੇ ਇਹਨੂੰ ਵਿੱਚ ਦੀ ਆ ਜਿਹੜੀ ਆਪਾਂ ਕੁੰਡੀ ਛੱਡੀ ਆ ਇਹਨੂੰ ਇੱਥੋਂ ਗੋਡੇ ਤੇ ਰੱਖ ਗਈ ਤੇ ਉਨੀ ਫੇਰ ਵਾਪਸ ਕਰ ਲੈਣੀ ਆ ਜੀ ਠੀਕ ਆ ਜੀ ਗਈ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਸਾਰੇ ਘੋੜਿਆਂ ਵਾਲੇ ਵੀਰਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਇੱਕੋ ਹੀ ਆ ਲਈ ਠੀਕ ਆ ਬਾਈ ਉਸ ਤੋਂ ਅੱਗੇ ਬਾਈ ਬਸ ਵੀਰ ਜੀ ਇੱਥੋਂ ਆਪਾਂ ਮਤਲਬ ਫੋਲਡ ਕਰਕੇ ਤੇ ਘੋੜੇ ਦੇ ਮੂੰਹ ਤੇ ਜਿੰਮ ਮਰਜੀ ਪਾ ਸਕਦੇ ਆ ਆਹ ਆ ਆਪਾਂ ਜਿਹੜਾ ਮੰਨ ਲਓ ਇਹ ਬਣਾਉਣਾ ਆਪਾਂ ਆਪਾਂ ਘੋੜੇ ਦੇ ਮੰਨ ਲਓ ਜਿੰਨਾ ਵੀ ਘੋੜੀ ਦਾ ਮੂੰਹ ਆ ਨਾ ਉਸ ਹਿਸਾਬ ਨਾਲ ਆਪਾਂ ਹੋਊਗਾ ਹਾਂ ਜੀ ਉਸ ਹਿਸਾਬ ਨਾਲ ਬਣਾਉਣਾ ਇਹ ਨੂੰ ਆਪਾਂ ਠੀਕ ਆ ਬਾਈ ਠੀਕ ਹੈ ਜੀ ਤੇ ਦੋਸਤੋ ਦੇਖ ਲਓ ਵੀ ਬਹੁਤ ਆਸਾਨ ਤਰੀਕਾ ਤੇ ਬਸ ਸਮਝਣ ਦੀ ਲੋੜ ਆ ਤੇ ਸਾਰੇ ਭਰਾਵਾਂ ਤੱਕ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਘੋੜੀਆਂ ਵਾਲੇ ਵੀਰਾਂ ਵਾਸਤੇ ਇਹ ਵੀਡੀਓ ਬਹੁਤ ਆਪਾਂ ਕਹਿ ਸਕਦੇ ਆਂ ਵੀ ਫਾਇਦੇਮੰਦ ਆ ਤੇ ਲੋ ਵੀ ਸੱਜਣੋ ਸੀਪੇ ਨੇ ਕਰਤਾ ਤਿਆਰਤ ਲਿਹਾਰਾ ਤੇ ਆਪਣੇ ਆ ਪਾਤਾ ਪੁੱਤ ਦੇ ਮੈਨਾ ਸਿਰਾ ਗੱਲਬਾਤ ਆ ਬਾਈ ਜਮਾ ਕਮਾਲ ਆ ਸੀਪੇ ਤੇਰੀ ਕਲਾ ਨੂੰ ਸਲੂਟ ਆ ਸੱਜਣਾ ਤੇ ਆਪਣੇ ਸਾਰੇ ਭਰਾਵਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਘੋੜਿਆਂ ਵਾਲੇ ਵੀਰਾਂ ਵਾਸਤੇ ਤੇ ਬਹੁਤ ਸੌਖਾ ਤਰੀਕਾ ਬਸ ਸਮਝ ਲਿਓ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਤੇ ਸ਼ੇਅਰ ਕਰ ਦਿਓ ਭਰਾ ਵੀਡੀਓ ਨੂੰ ਵੱਧ-ਵੱਧ ਠੀਕ ਆ ਬਾਈ ਇਹ ਇੰਨੀ ਮੋੜ ਲੈਣੀ ਹੈ ਜੀ ਜੀ ਠੀਕ ਹੈ ਆਪਾਂ ਪਸ਼ੂ ਦੇ ਮੂੰਹ ਦੇ ਹਿਸਾਬ ਨਾਲ ਮੋੜਨੀ ਆ ਰਸੀ ਇਹ ਕਿੰਨਾ ਮਤਲਬ ਇੰਨੀ ਮੋੜ ਕੇ ਜੀ ਆ ਜਿਹੜੇ ਲਾੜਾ ਦੋ ਛੱਡ ਮੈਂ ਇਹਨੂੰ ਇੱਥੋਂ ਮੋੜਦੇ ਨੇ ਤੇ ਆ ਇੱਥੋਂ ਉੱਪਰ ਦੀ ਤੇ ਜਿਹੜਾ ਆ ਮਤਲਬ ਛੋਟੀ ਕੁੰਡੀ ਛੱਡੀ ਆ ਇਹ ਆਪਾਂ ਇੱਥੋਂ ਦੀ ਕੱਢ ਦੇਣੀ ਹਾਂ ਹਾਂਜੀ ਤੇ ਇਹ ਹੁਣ ਇੱਥੋਂ ਐਦਾਂ ਬਣਾ ਕੇ ਜੀ ਤਲਿਆਰਾ ਜੀ ਇਹ ਜਿਹੜੀ ਆ ਰੱਸੀ ਹੈ ਜੀ ਇੱਥੋਂ ਠੀਕ ਆ ਬਾਈ ਤੇ ਇਹਨੂੰ ਵਿੱਚ ਦੀ ਆ ਜਿਹੜੀ ਆਪਾਂ ਕੁੰਡੀ ਛੱਡੀ ਆ ਇਹਨੂੰ ਇੱਥੋਂ ਗੋਡੇ ਤੇ ਰੱਖ ਗਈ ਤੇ ਉਨੀ ਫੇਰ ਵਾਪਸ ਕਰ ਲੈਣੀ ਹੈ ਜੀ ਠੀਕ ਹੈ ਜੀ। ਗਈ। ਦੋਸਤੋ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਸਾਰੇ ਘੋੜਿਆਂ ਵਾਲੇ ਵੀਰਾਂ ਤੱਕ ਇਹ ਵੀਡੀਓ ਪਹੁੰਚ ਜਾਵੇ। ਇੱਕੋ ਹੀ ਆ ਲਈ ਠੀਕ ਹੈ ਭਾਈ। ਉਸ ਤੋਂ ਅੱਗੇ ਭਾਈ ਬਸ ਵੀਰ ਜੀ ਇੱਥੋਂ ਆਪਾਂ ਮਤਲਬ ਫੋਲਡ ਕਰਕੇ ਤੇ ਘੋੜੇ ਦੇ ਮੂੰਹ ਤੇ ਜਿਵੇਂ ਮਰਜੀ ਪਾ ਸਕਦੇ ਆ। ਆਹ ਆਪਾਂ ਜਿਹੜਾ ਮਤਲਬ ਇਹ ਬਣਾਉਣਾ ਆਪਾਂ ਘੋੜੇ ਦੇ ਮਤਲਬ ਜਿੰਨਾ ਵੀ ਘੋੜੀ ਦਾ ਮੂੰਹ ਆ ਨਾ ਉਸ ਹਾਵ ਨਾਲ ਆਪਾਂ ਹਾਂ ਜੀ ਉਸ ਹਾਵ ਨਾਲ ਬਣਾਉਣਾ ਇਹਨੂੰ ਆਪਾਂ। ਠੀਕ ਹੈ ਭਾਈ। ਠੀਕ ਹੈ ਜੀ। ਤੇ ਦੋਸਤੋ ਦੇਖ ਲਓ ਵੀ ਬਹੁਤ ਆਸਾਨ ਤਰੀਕਾ ਤੇ ਬਸ ਸਮਝਣ ਦੀ ਲੋੜ ਆ ਤੇ ਸਾਰੇ ਭਰਾਵਾਂ ਤੱਕ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਘੋੜੀਆਂ ਵਾਲੇ ਵੀਰਾਂ ਵਾਸਤੇ ਇਹ ਵੀਡੀਓ ਬਹੁਤ ਆਪਾਂ ਕਹਿ ਸਕਦੇ ਹਾਂ ਵੀ ਫਾਇਦੇਮੰਦ ਆ ਸੋ ਸ਼ੇਅਰ ਕਰ ਦਿਓ ਬਾਈ ਤੇ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਵੀਰ ਜੀ